ਅੱਜ 30 ਤਰੀਕ ਦੀ ਪੇਸ਼ੀ ਸੀ, ਕੇਸ ਗਵਾਹੀ ਦੇ ਉੱਤੇ ਆ ਬੇਟਾ। ਔਰ ਅੱਜ ਦੋਸ਼ੀਆਂ ਦੀ ਫਿਜ਼ੀਕਲ ਪੇਸ਼ੀ ਵੀ ਹੋਈ ਹੈ। ਵਕੀਲ ਦੇ ਦੱਸਣ ਮੁਤਾਬਕ 6 ਜਿਹੜੇ ਦੋਸ਼ੀ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ, ਜਿਹਨੂੰ ਗਵਾਹ ਦੇ ਦੁਆਰਾ ਪਹਿਚਾਣਿਆ ਗਿਆ ਉੱਥੇ। ਅਤੇ ਅਗਲੀ ਪੇਸ਼ੀ 13/9 ਮੈਨੂੰ ਦੱਸਿਆ ਗਿਆ ਵੀ ਅਗਲੀ ਪੇਸ਼ੀ ਪੈ ਗਈ ਹੈ। ਕੀ ਲੱਗਦਾ, ਹਰ ਵਾਰ ਨਿਰਾਸ਼ ਪਰਤਣਾ ਪੈਂਦਾ ਸੀ, ਹੁਣ ਲੱਗਦਾ ਕੋਈ ਆਸ ਬੱਝੀ ਹੈਗੀ ਆ? ਦੇਖੋ ਬੇਟਾ, ਆਪਾਂ ਉਮੀਦ ਕਰ ਸਕਦੇ ਹਾਂ, ਅਦਾਲਤਾਂ 'ਤੇ ਪਰਮਾਤਮਾ 'ਤੇ ਭਰੋਸਾ ਹੀ ਹੈ ਇੱਕ। ਉਹਦੇ ਤਹਿਤ ਲੱਖਾਂ ਲੋਕ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ, ਤਾਂ ਅਸੀਂ ਪਰਮਾਤਮਾ ਅਤੇ ਅਦਾਲਤਾਂ 'ਤੇ ਰੱਬ ਵਰਗਾ ਭਰੋਸਾ ਹੀ ਹੈ ਜੀ, ਇਹਨਾਂ 'ਤੇ ਆਸ ਹੈ, ਇਹਨਾਂ 'ਤੇ ਆਸ ਹੈ। ਜੇ ਕੋਈ ਜਿਸ ਤਰ੍ਹਾਂ ਬਾਕੀ ਜੋ ਅਦਾਲਤ ਦੀ ਮਰਿਆਦਾ ਉਹਦੇ ਮੁਤਾਬਕ ਸਹੀ ਚੱਲੀ ਜਾਂਦਾ, ਜਿੱਦਾਂ ਕੇਸ ਦੀ ਸਿਸਟਮ ਹੈਗਾ ਉਹ ਹੋ ਰਿਹਾ। ਅੱਜ ਜਿਹੜਾ ਕੇਸ ਦੇ ਵਿੱਚ ਅਦਾਲਤ ਨੇ ਆਰਡਰ ਕੀਤੇ ਸੀ ਕਿ ਜਿਹੜੇ ਸ਼ੂਟਰਸ ਨੇ ਉਹਨਾਂ ਨੂੰ ਫਿਜ਼ੀਕਲੀ ਪ੍ਰੈਜੈਂਟ ਕਰਨਾ, ਇਸ ਕਰਕੇ ਜਿਹੜੇ ਸ਼ੂਟਰ ਸੀਗੇ ਉਹਨਾਂ ਦੇ ਸਮੇਤ 3 ਦੋਸ਼ੀ ਹੋਰ ਜਿਹੜੇ ਹੈਗੇ ਇਸ ਕੇਸ ਵਿੱਚ ਫਿਜ਼ੀਕਲੀ ਪੇਸ਼ ਕੀਤੇ ਸੀ, ਉਹਨਾਂ ਦੀ ਸ਼ਨਾਖਤ ਜਿਹੜੀ ਵਿਟਨੈਸ ਨੇ ਅੱਜ ਅਦਾਲਤ 'ਚ ਕੀਤੀ ਹੈ। ਅਤੇ ਹਲੇ ਇਸ ਕੇਸ 'ਚ ਜਿਹੜਾ ਵਾਈਪਨ ਵਰਤਿਆ ਗਿਆ ਸੀ AK-47, ਉਹ ਹਲੇ ਘਰਿੰਡਾ ਥਾਣੇ 'ਚ ਆਉਣਾ ਬਾਕੀ ਹੈ। ਜੱਜ ਸਾਹਿਬ ਨੇ ਆਰਡਰ ਕੀਤਾ ਹੈਗਾ ਨੈਕਸਟ ਡੇਟ 'ਤੇ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਵਾਈਪਨ ਦੀ ਸ਼ਨਾਖਤ ਕਰਾਉਣੀ ਹੈ ਅਤੇ ਗੱਡੀਆਂ ਦੀ ਸ਼ਨਾਖਤ ਕਰਾਉਣੀ ਹੈ। ਇਸ ਕਰਕੇ ਜਿਹੜਾ ਉਹਦਾ ਐਗਜ਼ਾਮੀਨੇਸ਼ਨ ਆਫ ਚੀਫ ਹੈ ਇਸ ਗਰਾਊਂਡ 'ਤੇ ਮਾਨਯੋਗ ਅਦਾਲਤ ਨੇ ਡੈਫਰ ਕੀਤਾ ਹੈ, ਅਤੇ 13/9/2024 'ਚ ਉਹਦੀ ਜਿਹੜੀ ਹੈਗੀ ਹੈ ਪੇਸ਼ੀ ਨਿਸ਼ਚਿਤ ਕੀਤੀ ਹੈ। ਇਨ ਦੀ ਮੀਨ ਟਾਈਮ ਆਰਡਰ ਕੀਤਾ ਹੈਗਾ ਜੱਜ ਸਾਹਿਬ ਨੇ ਕਿ ਉਹ AK-47 ਵੀ ਆ ਜਾਏਗੀ ਅਤੇ ਗੱਡੀਆਂ ਵੀ ਆ ਜਾਣਗੀਆਂ ਅਤੇ 13/9 ਨੂੰ ਫਰਦਰ ਪ੍ਰੋਸੀਡਿੰਗ ਚੱਲੇਗੀ। ਕਿੰਨੇ ਦੋਸ਼ੀ ਸੀਗੇ ਜੀ, ਕਿਹੜੇ ਕਿਹੜੇ ਸੀ ਅੱਜ? 7 ਦੋਸ਼ੀ ਪੇਸ਼ ਕੀਤੇ ਗਏ ਆ, ਜਿਹ 'ਚੋਂ ਇੱਕ ਮਨਪ੍ਰੀਤ ਮੰਨੀ ਰਹੀਆ ਸੀ, ਕੁਲਦੀਪ, ਦੀਪਕ ਮੁੰਡੀ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕੇਸ਼ਵ ਅਤੇ ਸੰਦੀਪ ਕੇਕੜਾ। ਇਹ 7 ਬੰਦੇ ਨੂੰ ਜਿਹੜਾ ਹੈਗਾ ਫਿਜ਼ੀਕਲੀ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ 'ਚ। ਗੁਰਪ੍ਰੀਤ ਸਿੰਘ ਗਵਾਹ ਸੀ ਜਿਹੜਾ, ਇਹ ਸਿੱਧੂ ਨਾਲ ਮੌਕੇ 'ਤੇ ਉਸ ਕਾਰ 'ਚ ਸੀਗਾ, ਉਹਦੀ ਗਵਾਹੀ ਚੱਲ ਰਹੀ ਹੈ ਅਤੇ ਫਰਦਰ ਉਹਦੀ ਜਿਹੜੀ ਹੈਗੀ ਹੈ ਆਈਡੈਂਟੀਫਿਕੇਸ਼ਨ ਆਫ ਵੈਪਨਸ ਐਂਡ ਜਿਹੜੀ ਵਹੀਕਲਸ ਨੇ ਉਹਦੇ ਲਈ 13/9 ਮਾਨਯੋਗ ਅਦਾਲਤ ਨੇ ਨਿਸ਼ਚਿਤ ਕੀਤੀ ਪੇਸ਼ੀ। ਅੱਜ 30 ਤਰੀਕ ਦੀ ਪੇਸ਼ੀ ਸੀ, ਕੇਸ ਗਵਾਹੀ ਦੇ ਉੱਤੇ ਆ ਬੇਟਾ। ਔਰ ਅੱਜ ਦੋਸ਼ੀਆਂ ਦੀ ਫਿਜ਼ੀਕਲ ਪੇਸ਼ੀ ਵੀ ਹੋਈ ਹੈ। ਵਕੀਲ ਦੇ ਦੱਸਣ ਮੁਤਾਬਕ 6 ਜਿਹੜੇ ਦੋਸ਼ੀ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ, ਜਿਹਨੂੰ ਗਵਾਹ ਦੇ ਦੁਆਰਾ ਪਹਿਚਾਣਿਆ ਗਿਆ ਉੱਥੇ। ਅਤੇ ਅਗਲੀ ਪੇਸ਼ੀ 13/9 ਮੈਨੂੰ ਦੱਸਿਆ ਗਿਆ ਵੀ ਅਗਲੀ ਪੇਸ਼ੀ ਪੈ ਗਈ ਹੈ। ਕੀ ਲੱਗਦਾ, ਹਰ ਵਾਰ ਨਿਰਾਸ਼ ਪਰਤਣਾ ਪੈਂਦਾ ਸੀ, ਹੁਣ ਲੱਗਦਾ ਕੋਈ ਆਸ ਬੱਝੀ ਹੈਗੀ ਆ? ਦੇਖੋ ਬੇਟਾ, ਆਪਾਂ ਉਮੀਦ ਕਰ ਸਕਦੇ ਹਾਂ, ਅਦਾਲਤਾਂ 'ਤੇ ਪਰਮਾਤਮਾ 'ਤੇ ਭਰੋਸਾ ਹੀ ਹੈ ਇੱਕ। ਉਹਦੇ ਤਹਿਤ ਲੱਖਾਂ ਲੋਕ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਲੱਗੀਆਂ ਹੋਈਆਂ ਨੇ, ਤਾਂ ਅਸੀਂ ਪਰਮਾਤਮਾ ਅਤੇ ਅਦਾਲਤਾਂ 'ਤੇ ਰੱਬ ਵਰਗਾ ਭਰੋਸਾ ਹੀ ਹੈ ਜੀ, ਇਹਨਾਂ 'ਤੇ ਆਸ ਹੈ, ਇਹਨਾਂ 'ਤੇ ਆਸ ਹੈ। ਜੇ ਕੋਈ ਜਿਸ ਤਰ੍ਹਾਂ ਬਾਕੀ ਜੋ ਅਦਾਲਤ ਦੀ ਮਰਿਆਦਾ ਉਹਦੇ ਮੁਤਾਬਕ ਸਹੀ ਚੱਲੀ ਜਾਂਦਾ, ਜਿੱਦਾਂ ਕੇਸ ਦੀ ਸਿਸਟਮ ਹੈਗਾ ਉਹ ਹੋ ਰਿਹਾ। ਅੱਜ ਜਿਹੜਾ ਕੇਸ ਦੇ ਵਿੱਚ ਅਦਾਲਤ ਨੇ ਆਰਡਰ ਕੀਤੇ ਸੀ ਕਿ ਜਿਹੜੇ ਸ਼ੂਟਰਸ ਨੇ ਉਹਨਾਂ ਨੂੰ ਫਿਜ਼ੀਕਲੀ ਪ੍ਰੈਜੈਂਟ ਕਰਨਾ, ਇਸ ਕਰਕੇ ਜਿਹੜੇ ਸ਼ੂਟਰ ਸੀਗੇ ਉਹਨਾਂ ਦੇ ਸਮੇਤ 3 ਦੋਸ਼ੀ ਹੋਰ ਜਿਹੜੇ ਹੈਗੇ ਇਸ ਕੇਸ ਵਿੱਚ ਫਿਜ਼ੀਕਲੀ ਪੇਸ਼ ਕੀਤੇ ਸੀ, ਉਹਨਾਂ ਦੀ ਸ਼ਨਾਖਤ ਜਿਹੜੀ ਵਿਟਨੈਸ ਨੇ ਅੱਜ ਅਦਾਲਤ 'ਚ ਕੀਤੀ ਹੈ। ਅਤੇ ਹਲੇ ਇਸ ਕੇਸ 'ਚ ਜਿਹੜਾ ਵਾਈਪਨ ਵਰਤਿਆ ਗਿਆ ਸੀ AK-47, ਉਹ ਹਲੇ ਘਰਿੰਡਾ ਥਾਣੇ 'ਚ ਆਉਣਾ ਬਾਕੀ ਹੈ। ਜੱਜ ਸਾਹਿਬ ਨੇ ਆਰਡਰ ਕੀਤਾ ਹੈਗਾ ਨੈਕਸਟ ਡੇਟ 'ਤੇ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਵਾਈਪਨ ਦੀ ਸ਼ਨਾਖਤ ਕਰਾਉਣੀ ਹੈ ਅਤੇ ਗੱਡੀਆਂ ਦੀ ਸ਼ਨਾਖਤ ਕਰਾਉਣੀ ਹੈ। ਇਸ ਕਰਕੇ ਜਿਹੜਾ ਉਹਦਾ ਐਗਜ਼ਾਮੀਨੇਸ਼ਨ ਆਫ ਚੀਫ ਹੈ ਇਸ ਗਰਾਊਂਡ 'ਤੇ ਮਾਨਯੋਗ ਅਦਾਲਤ ਨੇ ਡੈਫਰ ਕੀਤਾ ਹੈ, ਅਤੇ 13/9/2024 'ਚ ਉਹਦੀ ਜਿਹੜੀ ਹੈਗੀ ਹੈ ਪੇਸ਼ੀ ਨਿਸ਼ਚਿਤ ਕੀਤੀ ਹੈ। ਇਨ ਦੀ ਮੀਨ ਟਾਈਮ ਆਰਡਰ ਕੀਤਾ ਹੈਗਾ ਜੱਜ ਸਾਹਿਬ ਨੇ ਕਿ ਉਹ AK-47 ਵੀ ਆ ਜਾਏਗੀ ਅਤੇ ਗੱਡੀਆਂ ਵੀ ਆ ਜਾਣਗੀਆਂ ਅਤੇ 13/9 ਨੂੰ ਫਰਦਰ ਪ੍ਰੋਸੀਡਿੰਗ ਚੱਲੇਗੀ। ਕਿੰਨੇ ਦੋਸ਼ੀ ਸੀਗੇ ਜੀ, ਕਿਹੜੇ ਕਿਹੜੇ ਸੀ?
ਅੱਜ 7 ਦੋਸ਼ੀ ਪੇਸ਼ ਕੀਤੇ ਗਏ ਆ, ਜਿਹ 'ਚੋਂ ਇੱਕ ਮਨਪ੍ਰੀਤ ਮੰਨੀ ਰਹੀਆ ਸੀ, ਕੁਲਦੀਪ, ਦੀਪਕ ਮੁੰਡੀ, ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕੇਸ਼ਵ ਅਤੇ ਸੰਦੀਪ ਕੇਕੜਾ। ਇਹ 7 ਬੰਦਿਆਂ ਨੂੰ ਜਿਹੜਾ ਹੈਗਾ ਫਿਜੀਕਲੀ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ 'ਚ। ਗੁਰਪ੍ਰੀਤ ਸਿੰਘ ਗਵਾਹ ਸੀ ਜਿਹੜਾ, ਇਹ ਸਿੱਧੂ ਨਾਲ ਮੌਕੇ 'ਤੇ ਉਸ ਕਾਰ 'ਚ ਸੀਗਾ, ਉਹਦੀ ਗਵਾਹੀ ਚੱਲ ਰਹੀ ਹੈ। ਅਤੇ ਫਰਦਰ ਉਹਦੀ ਜਿਹੜੀ ਹੈਗੀ ਹੈ ਆਈਡੈਂਟੀਫਿਕੇਸ਼ਨ ਆਫ ਵੈਪਨਸ ਐਂਡ ਜਿਹੜੀ ਵਹੀਕਲਸ ਨੇ ਉਹਦੇ ਲਈ 13 ਨੌਂ ਮਾਨਯੋਗ ਅਦਾਲਤ ਨੇ ਨਿਸ਼ਚਿਤ ਕੀਤੀ ਪੇਸ਼ੀ।